سلطان محمد یونس صفدر دی فرمائش تے پیش کیتا ویندے باب آج محمد ایاد چنل ڈھولک ماسٹر غلام شبیر نور محمد بھٹا پیٹی ماسٹر ڈرامہ پیش پہ کرنے ہیں جناب دی خدمت دے وچ ظالم حسینہ ایک بات چاہے جن دے گھر دے وچ اولاد نہیں منتا من من کے لونجی تے سکھ جے مولا کریم ایک بچہ عطا کیتے بچے دے جمن دے نال ہوندی گھر والی دنیا دے اتو ٹر گئی بچہ یتیم تھی گئے بادشاہ اعلان کیتے کوئی ہے جڑا میرے بچے دی پرویش کرے ایک سپاہی دی گھر والی زہدہ جے دے نہ آئے جان اسار سپاہی دی گھر والی ہے وہ اب یہ بادشاہ ہی بچے کو میں پلے نہیں ہاں وہ بچے کو چاہ کے پالن شروع کر دیں دیئے اون بادشاہ جدو بھینی ان گھر دے وچ دل دے وچ خیال کرے ان جتنا حقدار سڈا بھرا ہے اتنا اسا وی ہے حقدار شاہی جان اپنے بھرا کو کھانے دے وچ زہر ملا کے کھوا دیں بادشاہ ہی دنیا تو ٹر ویندے بچہ یتیم تھی گئے شہزادی وڈی دے ناں ہے ملکہ فیروزہ وہ تخت اتے بہ ویندی ول دل دے وچ خیال اندس بہادری دے جدا بچہ جوان تھی میرے کو تخت تو لہا کہ آپ شاہد ہوتے بہ ویسی ہوئے تو ہی بچے کو بھی ختم کر دے ماں حکم نے دیا اپنے ایک جنرل کو ون شہزادے جمیل کو تلاش کر کے گھرنا وہ جنرل تلاش کریں دا اونچان اسار سپاہی کو قید کر کے دربار دے وچ گھرن دے ملکہ پوچھ دیے کون ہے آدھے ملکہ اے او آدمی اے جڑا تیری شاہی نہیں منے دا جیندے کول شہزادہ جمیل پلدا پے ہوں سپاہی دے نال مخاطب تھی کہ ہی ملکہ نہ بول پونا اللہ واسطے توجہ نیاز مند جناب دی خدمت وچ پیش کریں گلے نہیں اے نا فرمان سپاہی کیڑی گالوں ودا کرے دیں توں اپنی آپ تباہی میں دوارس تاج بھرا دی ہاں ہر گھر وچ میری شاہی حسرت کر اقرار وفادار نہیں تے مشکل سمجھ رہا سپاہی جیل دے وچ عمرہ گل ویشا میری شاہی من گن ہوں سپاہی دا مخاطب تھی کہ بول پونا تے کیا دے سائیں نمک حلال سپاہی شہدا بدنام نام کرے سا اپنے جیتے یاد رکھی شاہی کرن دے سا حسرت حق شہزادے دا حق دار دا حق منوے سا جناب و شہزادی ول کیا دیے سرکار گمراہی آئی رات جس وسدن می دولت دے کیا شاہی کر منظور میری ادب عظمت دے ان کھول زنجیر آزاد کرے سا دے پھر ویسنی قسمت دے حسرت راہ سے شاد ہمیشہ جھٹ نبسنی اے شسرت دے جواب و سپاہی وال کے آدھے سائی میں کو بےمانی دی ایس کدو ایمان دی ڈھک منظور ہے
ਤੇ ਕੁਸ਼ਾਹੀ ਕਰਨ ਨਾ ਦੇ ਸਾ ਹਰ ਕਿਸੇ ਸੁਣ ਐ ਮਲਕਾ ਮਗਰੂਰ ਹਿਮ ਉਮਰਾ ਸਾਦਾ ਨਮਕ ਖਾਧਾ ਈ ਪਰਦ ਕੀਤਾ ਮਜਬੂਰੇ ਹਸਰਤ ਹੱਕ ਯਤੀਮ ਦਾ ਖਾਵਾਂ ਨਹੀਂ ਅਸਰਾ ਪਾਦਾ ਦਸਤੂਰ ਮਲ ਮਲ ਕਦਾ ਬੋਲ ਪਵਣਾ ਕਿਆ ਦੀਏ ਸਹੀ ਵੀਰ ਦੀਏ ਜਾਗੀਰੇ ਨਹੀਂ ਹਰਗਤ ਪੂਰੀ ਥੀ ਸਕਦੀ ਜਿਹੜੀ ਸੋਚੀ ਤੈ ਤਕਦੀਰ ਜਗਤ ਤਈ ਮਨ ਖਿਨ ਹੁਕਮ ਮੇਡਾ ਤੇਰੀ ਫੇਰ ਦਸਾ ਤਕਦੀਰੇ ਨੀ ਤਖਤ ਤੇ ਮੈਂ ਤੇ ਸ਼ਾਹੀ ਕਰਨੀ ਮੇਰੀ ਕਿਸਮਤ ਵਿੱਚ ਤਾਰੀ ਸਿਪਾਹੀ ਬੋਲ ਪਏ ਨਾਮੁਮਕਿਨ ਮੇਰੇ ਜੀਜੇ ਤੇਰੀ ਸ਼ਾਹੀ ਹੋਵੇ ਹੁਕਮ ਦੇ ਦਿਓ ਇਕੂ ਸੰਗੀਨ ਜਹਿਲ ਦੇ ਵਿੱਚ ਵੰਜ ਕੇ ਬੰਦ ਕਰ ਦਿਓ ਸੰਤਰੀ ਕੋ ਕੈਦ ਕਰਕੇ ਜਹਿਲ ਖਾਨੇ ਦੇ ਵਿੱਚ ਵੰਜ ਖੜੇ ਦਿਨ ਹੁਣ ਦੀ ਇੱਕ ਅੰਗੂਠੀ ਲਾ ਖਿੰਦਨ ਆਪਣੇ ਇੱਕ ਜਰਨਲ ਕੋ ਅੰਗੂਠੀ ਦੇ ਦੀਏ ਜਰਨਲ ਅੰਗੂਠੀ ਚਾ ਕੇ ਹਿੰਦੀ ਘਰ ਵਾਲੀ ਦੇ ਕੋਲੋਂ ਪਹੁੰਚ ਵੰਜ ਇਹ ਅੰਗੂਠੀ ਨਿਸ਼ਾਨੀ ਦੇ ਕੇ ਤੇ ਬੱਚਾ ਖਿੰਦਾ ਜਰਨਲ ਤੁਗਲਕ ਉਥੋਂ ਰਵਾਨਾ ਥੀਂਦੇ ਸਰਕਾਰ ਉਂਦਾਈ ਦੇ ਦਰ ਤੇ ਆ ਕੇ ਕੂੰਡਾ ਖੜਕੇਂਦੇ ਆਵਾਜ਼ ਆਈਏ ਕੌ ਨਹੀਂ ਆਪਣਾ ਨਾਂ ਦੱਸੇਂਦੇ ਦਈ ਇਜਾਜ਼ਤ ਦੇਂਦੀਏ ਅੰਦਰ ਆਵਨ ਜਲੇ ਸਾਹਮਣੇ ਥੀਂਦੇ ਹੂੰ ਜਰਨਲ ਦਾ ਮੁਖਾਤਿਬ ਥੀ ਕੇ ਬੋਲ ਪਵਣਾ ਤੇ ਕਿਹਾ ਦੇ ਸਹੀ ਅਕਦਸ ਹੈ ਬੇਸ਼ੱਕ ਸਾਡੇ ਅਦਬ ਦਾ ਖਾਸ ਮਕਾਮ ਐ ਮਾਲਕ ਸ਼ਰੀਮ ਸ਼ਰਾਫਤ ਦੀ ਨਾ ਕਰ ਮਕਬੂਲ ਸਲਾਮ ਹੈ ਹਸਰਤ ਆਪ ਦੀ ਖਿਦਮਤ ਵਿੱਚ ਕਿਨ ਆਇਆ ਸ਼ਾਹੀ ਪੈਗਾਮ ਤਈ ਹੈਰਾਨ ਸੀ ਕੇ ਵਲਾ ਬੋਲ ਪੰਦੀਏ ਤੇ ਕਿਆ ਦੀਏ ਸਹੀ ਤੁਗਲਕ ਮਿਰਜ਼ਾ ਕਰ ਹਾਲ ਹਵਾਲ ਬਿਆਨ ਕਿਵੇ ਕਦਮ ਰੰਜ ਫਰਮਾਇਆ ਹੈ ਦਿਲ ਬਾਨੀ ਦਾ ਹੈਰਾਨ ਸਦਸ਼ਾ ਮਰਹੂਮ ਦੇ ਬਾਦ ਹੋਇਆ ਕਹਿੰਦੀ ਸ਼ਾਹੀ ਦਾ ਐਲਾਨ ਹਸਰਤ ਜਲਦੀ ਦੱਸ ਮੈਂ ਤੂੰ ਕਿਆ ਹੈ ਸ਼ਾਹੀ ਫਰਮਾਨ ਪੁੱਛਦੀ ਏ ਦੱਸਾ ਤਾਂ ਸਹੀ ਸਾਡਾ ਬਾਦਸ਼ਾਹ ਤੇ ਦੁਨੀਆਂ ਤੋਂ ਤੁਰ ਗਏ ਕਿਹੜੇ ਬਾਦਸ਼ਾਹ ਦਾ ਫਰਮਾਨ ਖਿਨ ਕੇ ਆਈ ਤੂੰ ਜਰਨਲ ਦਾ ਬਲਾ ਬੋਲ ਪਵਣਾ ਕਿਹਾ ਦੇ ਸਹੀ ਮਲਕਾ ਮੀਆਂ ਕੌਣ ਕੋਈ ਹੱਕਦਾਰ ਏ ਕਿਆ ਤਾਕਤ ਇਸ ਗੈਰ ਕਹੀਂਦੀ ਮੀਆਂ ਕੌਣ ਕੋਈ ਤਮ ਮਾਰੇ ਜੋ ਚਾਹੇ ਕਰ ਸਕਦੀ
ਹਰੀ ਹਾਲਤ ਵਿੱਚ ਮੁਖਚਾਰੇ ਹਸਰਤ ਦਿਓ ਜਮੀਲ ਸ਼ਹਜ਼ਾਦਾ ਖਿਲ ਵੱਲਾਂ ਵਿੱਚ ਦਰਬਾਰ ਜਨਾਬ ਉਸੇ ਦਾਦਾ ਜੀ ਵੱਲ ਕਿਆ ਦੀਏ ਸਹੀ ਸੋਚ ਜ਼ਰਾ ਇਹਤੇ ਹੱਕ ਇਨਸਾਫ ਦੀ ਗੱਲ ਏ ਜੇ ਕਤਲ ਕਰਾ ਕੇ ਵੀਰ ਆਪਣੇ ਕਿੱਦਾਂ ਸ਼ਾਹੀ ਤਖਤ ਸੰਭਾਲੇ ਕਿਵੇਂ ਮੰਨ ਕੇ ਹੁਕਮ ਸਾਲਮ ਦਾ ਤੁਰ ਬਾਲ ਪੁੱਤੇ ਦੇ ਨਾਲੇ ਹਸਰਤ ਨਿਮੀ ਦੇ ਸਕਦੀ ਨਹੀਂ ਦੇ ਸਕਦੀ ਕਈ ਹਾਲ ਜਵਾਬ ਚੰਨਲ ਵੱਲ ਕਿਆ ਦੇ ਸਹੀ ਇੱਥੇ ਹੁਕਮ ਹੈ ਮਲਕਾ ਆਲੀਆ ਦਾ ਚੜ ਸੈਦਾ ਸੇਬ ਦੀਵਾਨੀ ਨਹੀਂ ਭੈਣ ਭਰਾ ਕੂ ਕਤਲ ਕੀਤਾ ਇਵੇਂ ਹੈ ਤਕਦੀਰ ਰਬਾਨੀ ਰਲ ਰਯਤ ਨੇ ਮਲਕਾ ਆਲੀਆ ਕੂ ਇੱਥੇ ਬਖਸ਼ੀ ਦਾਤ ਸ਼ਹਾਰੀ ਹਸਰਤ ਹੁਕਮ ਤੂੰ ਉਜ਼ਰ ਕਰਾਂ ਇੱਥੇ ਸਮਝੀ ਖਾਸ ਨਦਾਨੀ ਜਵਾਬ ਦਈ ਵੱਲ ਕਿਆ ਦੀਏ ਸਹੀ ਇਹਦਾ ਹੁਕਮ ਨਹੀਂ ਕਹੀਂ ਆਦਲ ਦਾ ਇੱਕ ਸਾਲ ਮੁਦਾਇ ਜ਼ਹਾਰੇ ਕਿਵੇਂ ਮੰਨ ਕੇ ਹੁਕਮ ਸਾਲਮ ਦਾ ਤੁਰਾ ਬਾਲ ਕੁੱਤੇ ਜੈ ਕਤਲ ਕਰਾ ਕੇ ਵੀਰ ਆਪਣੀ ਗਿੱਧਾ ਸ਼ਾਹੀ ਤਖਤ ਸੰਭਾਲੇ ਹਸਰਤ ਆਪ ਫਿਰੋਜ਼ਾ ਕੂ ਇਹ ਹੁਕਮ ਤੂੰ ਸਾਫ ਕਿਤਲੇ ਤੋਂ ਨੀ ਅੰਗੂਠੀ ਕੱਢ ਕੇ ਦਾਈ ਕੋ ਦਿਖੇਂਦੇ ਦਾਈ ਇਹ ਅੰਗੂਠੀ ਸੁਣਾਣ ਪਹਿਚਾਣ ਕਹਿੰਦੀ ਏ ਆਦੀ ਅੰਗੂਠੀ ਤੇ ਮੇਰੇ ਘਰ ਵਾਲੇ ਦੀ ਏ ਇਹ ਅੰਗੂਠੀ ਨਿਸ਼ਾਨੀ ਗਿਣ ਕੇ ਆਇਆ ਤੇਰਾ ਘਰ ਵਾਲਾ ਮਲਕਾ ਫਿਰੋਜ਼ਾ ਦੀ ਸ਼ਾਹੀ ਕੋ ਮੰਨ ਗਏ ਹੂੰ ਮੇ ਕੋ ਭੇਜੇ ਵੰਜ ਕੇ ਅੰਗੂਠੀ ਨਿਸ਼ਾਨੀ ਦੇ ਕੇ ਤੇ ਸ਼ਾਹਜ਼ਾਦੇ ਕੋ ਘਿਰਨਾ ਕਿਉਂਕਿ ਮਲਕਾ ਫਿਰੋਜ਼ਾ ਆਪਣੀ ਹਿਫਾਜ਼ਤ ਚ ਬੱਚੇ ਕੋ ਰੱਖਦੀ ਏ ਇਤਲੇ ਤੋਂ ਨਹੀਂ ਜਾਨ ਸਾਰ ਸਿਪਾਹੀ ਜਹਿਲ ਦੇ ਵਿਚ ਨਿਕਲ ਕੇ ਹੂੰ ਯਾਦ ਉਤੇ ਪਹੁੰਚ ਵੇਂਦੇ ਆਦੇ ਖਬਰਦਾਰ ਜ਼ਾਲਿਮ ਇੱਕ ਬੇਵਸ ਔਰਤ ਕੋ ਦੋਖਾ ਦੇਵਣ ਦੀ ਖਾਤਰ ਇੱਥਾ ਪਹੁੰਚੀ ਆਦੇ ਤੂੰ ਕਿਵੇਂ ਆ ਗਈ ਮੈਂ ਤੇ ਵੀ ਹੁਣ ਗ੍ਰਿਫਤਾਰੀ ਦਾ ਹੁਕਮ ਲੈਣਾ ਉਹ ਜਾਨ ਸਾਰ ਸਿਪਾਹੀ ਆਪਣੇ ਘਰ ਰਹਿ ਵੇਂਦੇ ਜਨਰਲ ਵੱਲ ਪਿਛੂ ਤੇ ਰਵਾਨਾ ਥੀ ਪੰਦੇ ਆਪਣੇ ਘਰ ਦੇ ਵਿਚ ਆ ਕੇ ਜਾਨ ਸਾਰ ਸਿਪਾਹੀ ਆਪਣੀ ਘਰ ਵਾਲੀ ਕੋ ਪਾਰਤਾ ਲੈਂਦੇ ਹੀ ਬੱਚੇ ਦੀ ਪਾਰਤ ਹੀ ਮੈਂ ਨਿਸ਼ਾਨੇ ਬਗਾਵਤ ਬਣ ਗਿਆ ਮੇਰੇ ਕੋ ਜ਼ਾਲਿਮ ਗੁਲੇ ਦੇ ਵਤਨ ਮੈਂ ਵਤ ਵੇਂਦਾ ਪਿਆ ਹੀ ਉਹ ਆਪਣਾ ਘਰ ਛੋੜ ਕੇ ਜੰਗਲ ਦੇ ਪਾਸੇ ਮੂੰਹ ਕਰ ਵੇਂਦੇ ਘਰ ਵਾਲੀ ਘਰ ਦੇ ਵਿਚ ਹੇ ਪਈ ਸਰਕਾਰ ਬੱਚੇ ਖੇਡਣ ਆਪਣੇ ਬੱਚਿਆਂ ਦੇ ਨਾਲ ਗਾਲ ਹੀ ਬੈਠੀ ਕਰੇਂਦੀ ਤੇ ਕਿਆ ਆਦੀਏ ਸਹੀ ਬੱਚਾ ਸਮਗਿਆ ਮਾਤ ਦੇ ਬਿਸਤਰ ਤੇ ਨਹੀਂ ਚੱਲ ਕੁਰਾਨ ਪੜ੍ਹਦੀ
ਸਾਰੀ ਰਾਤ ਖੁਦਾ ਦੀ ਦੇ ਡਰ ਗਿਆ ਜਦ ਉੱਠਦੀ ਬਹਦੀ ਖੜਦੀ ਅਜਦੇ ਸਿਵਾਲ ਤੇ ਨਾ ਪਾਉਂਦਾ ਜਿੱਠੀ ਅੱਖੀਆਂ ਨਾਲ ਉਜੜੀ ਕਮਲ ਹਲਕਾ ਲੁਕਿਆ
ਮਿਲਣੇ ਤੋਂ ਨੀ ਜਨਾਬੇ ਵਾਲਾ ਇਹ ਸ਼ਾਹਜ਼ਾਦੀ ਦਾ ਇੱਕ ਕੈਪਟਨ ਜਿਹਦੇ ਨਾਂ ਹੈ ਇਕਬਾਲ ਸਫ਼ਰ ਕਰੇਂਦਾ ਕਰੇਂਦਾ ਸ਼ਾਹੀ ਬਾਗ ਦੇ ਨਜ਼ਦੀਕ ਆ ਟੱਪੇ ਦਿਲ ਦੇ ਵਿੱਚ ਖਿਆਲ ਆ ਗਏ ਸੀ ਹੀ ਬਾਗ ਦੀ ਸੈਰ ਕਰ ਗਿਨਾ ਹੂੰ ਦੇ ਨਾਲ ਨੌਕਰ ਹੈ ਇੱਕ ਉਹ ਨੌਕਰਾਂ ਦੇ ਕੈਪਟਨ ਗੱਲ ਸੁਣ ਇਹ ਜ਼ਨਾਨਾ ਬਾਗ ਹੈ ਇਹਦੇ ਵਿੱਚ ਮਰਦ ਦਾ ਦਾਖਿਲ ਹੋਣਾ ਖਿਲਾਫ਼ ਹੈ ਕਾਨੂੰਨ ਹੈ ਇਤਨੇ ਤੋਂ ਬਾਗ ਦੇ ਵਿੱਚ ਉਧਾਰਧਾਰ ਦੀ ਆਵਾਜ਼ ਆਉਂਦੀ ਹੈ ਸ਼ੇਰ ਆ ਗਏ ਤੇ ਸ਼ੇਰ ਸਾ ਕੋ ਖੰਭਦੇ ਉਹ ਕੈਪਟਨ ਭੱਜ ਕੇ ਬਾਗ ਦਾ ਦਰਵਾਜ਼ਾ ਟੱਪਦੇ ਦੇਖੇ ਤੇ ਸ਼ੇਰ ਸ਼ਾਹਜ਼ਾਦੀ ਕੋ ਭਜਾਈ ਜਾਂਦੇ ਉਹ ਸ਼ੇਰ ਕੋ ਆਪਣੀ ਗੋਲੀ ਦਾ ਨਿਸ਼ਾਨਾ ਬਣੇਂਦੇ ਸ਼ੇਰ ਜ਼ਮੀਨ ਤੇ ਢਹਿ ਗਏ ਸ਼ਾਹਜ਼ਾਦੀ ਕੈਪਟਨ ਦੀ ਝੋਲੀ ਦੇ ਵਿੱਚ ਆ ਢਾਂਦੀ ਏ ਸਰ ਚ ਪੈਂਦੇ ਝੋਲੀ ਦੇ ਵਿੱਚ ਨਾਲ ਪਿਆਰ ਦੇ ਜਗੇ ਨਾ ਬੈਠੇ ਸ਼ਾਹਜ਼ਾਦੀ ਝੋਲੀ ਦੇ ਵਿੱਚ ਬੇਹੋਸ਼ ਥਈ ਕੇ ਸੁੱਤੀ ਹੋਈ ਏ ਦੇਖਾ ਦਾ ਕਿਆ ਹੈ ਸੀ ਕੈਪਟਨ ਜਿਵੇਂ ਹੋਏ ਚੰਨ ਅਸਮਾਨੀ ਇਹਦੇ ਰੁਖ ਮਹਿਤਾਬ ਦੀ ਝਲਕ ਕਨੂ ਦੀ ਸਾਰਾ ਬਾਗ ਨੂਰਾਨੀ ਅੱਖੀਆਂ ਖੋਲ ਕੇ ਬੋਲ ਜਰਾ ਐ ਹੁਸਨ ਨਗਰ ਦੀ ਰਾਨੀ ਇੱਕ ਖੌਫ ਕਨੂ ਰੰਗ ਜ਼ਰਦੀ ਹੈ ਕੀ ਗਈ ਖਮੋਸ਼ ਜਾਨੀ ਸ਼ਹਿਜ਼ਾਦੀ ਬੇਹੋਸ਼ੀ ਤੋਂ ਬੇਦਾਰ ਸੀਂਦੀ ਏ ਨਿਗਾਹ ਪਈ ਇਸ ਕੈਪਟਨ ਦੇ ਚਿਹਰੇ ਦੇ ਉੱਤੇ ਭੱਜ ਕੇ ਪਰੇ ਵੱਲ ਖੜਦੀ ਏ ਤੇ ਕਿਆ ਆਦੀਏ ਸਹੀ ਕਹਿੰਦੇ ਨਾ ਮਹਜਬੀ ਕਿਆ ਆਦੀਏ ਸਹੀ ਭੈਣ ਦੀ ਰੋਜ਼ਾ ਮਲਕਾ ਦੀ ਇਹੋ ਗੱਲ ਨਾ ਕਈ ਸਮਝਾਇਓ ਹਸਰਤ ਕੀ ਬਾਗ ਸਨਾਨੇ ਵਿੱਚ ਕਿਵੇਂ ਆ ਕੇ ਕਦਮ ਵਧਾਇਓ ਜ਼ਿੰਦਗੀ ਦੇ ਮੁਕਲਾਵੇ ਜਾਨੀ ਮਕਸਦ ਮੌਤ ਦਾ ਸ਼ਰਤ ਹੈ ਮੇਰੀ ਹਾਲਤ ਦੇਖ ਕਬੀ ਬਹਾਦਰ ਕੋਈ ਕਾਰੀ ਚੋਟ ਜਿਗਰ ਤੇ ਹਰ ਕੀ ਹਰੀ ਚੁਕੀ ਦਾ ਹਰ ਵੇਲੇ ਪੋਛਣ ਸਰ ਤੇ ਹੈ ਬਸ ਤਾਰ ਕਹੇ ਇੰਤਜ਼ਾਰ ਤੇਰੀ ਮਨ ਕਾਉ ਵਿੱਚ ਹੈ ਅੱਖ ਦਰ ਤੇ ਸ਼ਾਹਜ਼ਾਦੀ ਕੁਦਰੀਏ ਕੈਪਟਨ ਦੇ ਕੋਲੋਂ ਦੱਸਾ ਤਾਂ ਸਹੀ ਤੇ ਕੋਈ ਸ਼ਰਮ ਨਹੀਂ ਆਈ ਸ਼ਾਹਜ਼ਾਦੀ ਨਹੀਂ
ਸ਼ਾਹੀ ਬਾਗ ਸਨਾ ਦੇ ਵਿੱਚ ਕਿਉਂ ਆਇਓ ਕਦਮ ਵਧਾਏ ਮੈਂ ਭੈਣ ਫਿਰੋਜ਼ਾ ਮਲਕਾ ਦੀ ਤੇ